ਡੇਲੀ ਪੋਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਤਾਂ ਦੱਸ ਦਈਏ ਕਿ ਇਸ ਵੇਲੇ ਆਪਾਂ ਜਿਹੜੀ ਜਗ੍ਹਾ ਤੇ ਖੜੇ ਆ ਉੱਥੇ ਇਹੋ ਹੀ ਕਿਹਾ ਜਾਏਗਾ ਕਿ ਸਰਕਾਰਾਂ ਦੀਆਂ ਖੁੱਲੀਆਂ ਪੋਲਾਂ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਇਹ ਕਹਿ ਰਿਹਾ ਸੜਕ ਦਾ ਟੁੱਟਿਆ ਹੋਇਆ ਟੋਟਾ ਜਿਹੜਾ ਜ਼ਮੀਨ ਦੇ ਵਿੱਚ ਧਸ ਗਿਆ। ਤਸਵੀਰਾਂ ਤੁਹਾਨੂੰ ਪਹਿਲੇ ਦਿਖਾ ਦਿੰਦੇ ਆ, ਉਸ ਤੋਂ ਬਾਅਦ ਤੁਹਾਨੂੰ ਦੱਸ ਦਾਂਗੇ ਕਿ ਪੋਲਾਂ ਵੀ ਕਿਸ ਤਰ੍ਹਾਂ ਖੁੱਲੀਆਂ ਨੇ, ਇਹ ਵੀ ਤੁਹਾਨੂੰ ਦਿਖਾ ਦਿੱਤਾ ਜਾਏਗਾ। ਫਿਲਹਾਲ ਤੁਸੀਂ ਦੇਖੋ ਇਹ ਤਸਵੀਰਾਂ ਜਿਹੜੀਆਂ, ਥੋੜ੍ਹਾ ਜਿੰਨਾ ਮੀਂਹ ਪਿਆ ਵਾ, ਸਿਰਫ ਅੱਧਾ ਘੰਟਾ ਆਪਾਂ ਕਹਿ ਸਕਦੇ ਕਿ ਮੀਂਹ ਪਿਆ ਵਾ, ਅਤੇ ਮੀਂਹ ਪੈਣ ਤੋਂ ਬਾਅਦ ਇੰਨਾ ਟੋਟਾ ਜਿਹੜਾ ਸੜਕ ਦੇ ਵਿੱਚ ਧਸ ਗਿਆ ਵਾ। ਅਤੇ ਪੋਲਾਂ ਕਿਤਰਾ ਖੁੱਲੀਆਂ ਵਾ ਇਹ ਵੀ ਦੱਸਾਂਗੇ, ਅਤੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਾਰਪੋਰੇਸ਼ਨ ਦੇ ਕਮਿਸ਼ਨਰ ਦੇ ਘਰ ਦੀਆਂ। ਇਹ ਸਾਹਮਣੇ ਜਿੱਥੇ ਦੋ ਸਫੇਦੇ ਨਜ਼ਰ ਆ ਰਹੇ ਨੇ, ਜਿੱਥੇ ਤੁਹਾਨੂੰ ਸਫੇਦੇ ਨਜ਼ਰ ਆ ਰਹੇ ਨੇ, ਇੱਥੇ ਘਰ ਵਾ ਕਾਰਪੋਰੇਸ਼ਨ ਦੇ ਕਮਿਸ਼ਨਰ ਦਾ। ਅਤੇ ਹੁਣ ਵਾਪਸੀ ਆਵਾਂਗੇ, ਅਤੇ ਵਾਪਸੀ ਆ ਕੇ ਫਿਰ ਉਹੋ ਹੀ ਟੋਟਾ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਕੁ ਦੂਰੀ ਦੇ ਵਿੱਚ ਇਹ ਟੋਟਾ ਤੁਹਾਨੂੰ ਨਜ਼ਰ ਆ ਰਿਹਾ ਵਾ। ਇਹ ਟੋਟਾ ਵਾ, ਲਗਾਤਾਰ ਤਸਵੀਰਾਂ ਦੇਖ ਲਓ। ਅਤੇ ਹੁਣ ਪੋਲ ਤੁਹਾਨੂੰ ਦੱਸ ਦਿੰਦੇ ਕਿ ਪੋਲ ਕਿਸ ਤਰ੍ਹਾਂ ਖੁੱਲੀ ਹੈ। ਪੋਲ ਖੁੱਲੀ ਇਸ ਕਰਕੇ ਕਿ ਪਿਛਲੇ ਸਾਲ ਕਰੀਬ ਆਪਾਂ 10 ਕੁ ਮਹੀਨੇ ਪਹਿਲਾਂ ਦਾ ਕਹਿ ਸਕਦੇ ਕਿ 10 ਮਹੀਨੇ ਪਹਿਲਾਂ ਇੱਥੇ ਪੂਰੀ ਸੜਕ ਜਿਹੜੀ ਸੀ ਉਹ ਬਰਸਾਤ ਦੇ ਨਾਲ ਜ਼ਮੀਨ ਦੇ ਵਿੱਚ ਧਸ ਗਈ ਸੀ। ਹਾਲਾਂਕਿ ਲੋਕਾਂ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ, ਕਿਉਂ ਇਸ ਕਰਕੇ ਲੋਕਾਂ ਦਾ ਨੁਕਸਾਨ ਨਹੀਂ ਸੀ ਹੋਇਆ ਕਿ ਬਰਸਾਤ ਦੀ ਵਜ੍ਹਾ ਕਰਕੇ ਲੋਕ ਖੜ ਜਾਂਦੇ ਨੇ ਸੜਕਾਂ ਦੇ ਕੰਢੇ ਉੱਤੇ ਜਦੋਂ ਬਰਸਾਤ ਆਉਂਦੀ ਹੈ, ਲੋਕਾਂ ਨੂੰ ਡਰ ਹੁੰਦਾ ਕਿਤੇ ਭਿੱਜ ਨਾ ਜਾਈਏ, ਇਸ ਕਰਕੇ ਲੋਕ ਸੜਕਾਂ ਦੇ ਕੰਢੇ 'ਤੇ ਖੜ ਜਾਂਦੇ ਨੇ, ਜਿਹਦੇ ਕਰਕੇ ਲੋਕਾਂ ਦਾ ਨੁਕਸਾਨ ਨਹੀਂ ਹੋਇਆ। ਅਤੇ ਅੱਜ ਵੀ ਕੋਈ ਨੁਕਸਾਨ ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਲੋਕ ਜਿਹੜੇ ਸੀ ਆਪਣੀ ਭਿੱਜਣ ਦੇ ਡਰ ਤੋਂ ਲੋਕ ਸੜਕਾਂ ਦੇ ਕੰਢੇ 'ਤੇ ਖੜ ਗਏ ਸੀ। ਅਤੇ ਪਰ ਸੜਕ ਖਾਲੀ ਆ, ਇਸ ਕਰਕੇ ਨੁਕਸਾਨ ਹੀ ਹੋਇਆ। ਪਰ ਨੁਕਸਾਨ ਜਿਹੜਾ ਹੁਣ ਤੁਸੀਂ ਦੇਖ ਸਕਦੇ ਜੇ ਕਿ ਸੜਕ ਦਾ ਜਿਹੜਾ ਟੋਟਾ ਏਡਾ ਵੱਡਾ ਧਸ ਗਿਆ, ਜੇ ਬਰਸਾਤ ਆਉਣ ਤੋਂ ਬਾਅਦ ਧੁੱਪ ਦੇ ਵਿੱਚ ਸੜਕ ਦਾ ਟੋਟਾ ਧਸ ਜਾਵੇ ਤਾਂ ਜਾਨੀ ਨੁਕਸਾਨ ਵੀ ਲੋਕਾਂ ਦਾ ਹੋ ਸਕਦਾ ਵਾ। ਅਤੇ ਜਾਨੀ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਏਗਾ, ਇਹਦਾ ਸਵਾਲ ਜਿਹੜਾ ਵਾ ਉਹ ਆਪਾਂ ਸਰਕਾਰਾਂ ਕੋਲੋਂ ਜ਼ਰੂਰ ਪੁੱਛਾਂਗੇ, ਕਿਉਂਕਿ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਤਸਵੀਰਾਂ ਦੇ ਵਿੱਚ ਤੁਸੀਂ ਲਗਾਤਾਰ ਦੇਖਦੇ ਪਏ ਜੇ, ਕੀ ਕਹਿਣਾ ਚਾਹੋਗੇ ਭਾਜੀ, ਕਿਹਦੀ ਪੋਲ ਖੁੱਲੀ ਹੈ, ਕਿਉਂਕਿ ਸੜਕ ਦਾ ਟੋਟਾ ਪਹਿਲਾਂ ਵੀ ਧਸ ਗਿਆ ਸੀ? ਸਰਕਾਰ ਦੀ ਬਿਲਕੁਲ ਨਾਕਾਮਯਾਬੀ ਆ, ਪਹਿਲ ਲਾਉਂਦੀ ਆ ਪਰ ਫਾਇਦਾ ਕੋਈ ਨਹੀਂ, ਹਲੇ ਮੀਂਹ ਆਇਆ ਨਹੀਂ ਆ, ਹਲੇ ਬਸ ਇਹ ਸ਼ੁਰੂਆਤ ਹੀ ਆ, ਤੇ ਇਹ ਆਹ ਕੰਮ ਹੋ ਗਿਆ ਤੇ ਗਾਂਹ ਕੀ ਹੋਣਾ ਵਾ, ਕੀ ਪਤਾ ਕਿ ਟੋਏ ਫਿਰ ਪੈ ਜਾਣ, ਕਿਤੇ ਹੋਰ ਵੀ ਇਕਦਮ ਹੀ ਪਾ ਸਕਦਾ ਬਰਸਾਤ ਦੀ ਵਜ੍ਹਾ ਕਰਕੇ ਲੋਕ ਖੜ ਜਾਂਦੇ ਕਿਤੇ ਨਾ ਕਿਤੇ, ਤਾਂ ਕਰਕੇ 6-7 ਮਹੀਨੇ ਹੋ ਗਏ ਇਹਨਾਂ ਨੂੰ ਕੰਸਟਰਕਸ਼ਨ ਕਰਦੇ, ਤੇ ਇਹ ਕੰਸਟਰਕਸ਼ਨ ਇਹਨਾਂ ਨੇ ਆਹ ਕੀਤੀ ਆ, ਆਹ ਕੀਤਾ ਇਹਨਾਂ ਨੇ ਕੰਮ 6-7 ਮਹੀਨੇ ਜਿਹੜਾ ਕੀਤਾ ਇਹਨਾਂ ਨੇ, ਇਹ ਸਰਕਾਰ ਦੀ ਬਿਲਕੁਲ ਨਾਕਾਮਯਾਬੀ ਆ। ਤੇ ਸਰਕਾਰ ਨੂੰ ਚਾਹੀਦਾ ਇਸ ਪਾਸੇ ਪੂਰੇ ਜ਼ੋਰ ਨਾਲ ਵੇਖਣ, ਤਾਂ ਕਿ ਸਾਨੂੰ ਸਹੂਲਤਾਂ ਮਿਲਣ, ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਕਿ ਜਾਨ ਮਾਲ ਦਾ ਨੁਕਸਾਨ ਹੋ ਸਕੇ। ਜਾਨ ਮਾਲ ਦਾ ਨੁਕਸਾਨ ਹੋਣਾ ਜਿਹੜਾ ਵਾ ਉਹ ਜਿਸ ਤਰੀਕੇ ਦੇ ਨਾਲ ਕੰਮ ਕਰਦਾ ਚੱਲਦਾ ਪਿਆ ਉਸ ਤਰੀਕੇ ਦੇ ਨਾਲ, ਤੇ ਜਾਨ ਮਾਲ ਦਾ ਨੁਕਸਾਨ ਹੋਣਾ ਜਾਇਜ਼ ਵਾ, ਕਿਉਂਕਿ ਹੋ ਹੀ ਸਕਦਾ ਵਾ, ਕਿਉਂਕਿ ਜਿਸ ਤਰ੍ਹਾਂ ਦੇ ਕੰਮ ਸਰਕਾਰਾਂ ਦੇ ਚੱਲਦੇ ਪਏ ਨੇ, ਸਰਕਾਰਾਂ ਦੇ ਕੰਮਾਂ ਦੇ ਹਿਸਾਬ ਦੇ ਨਾਲ ਲਗਾਤਾਰ ਤੁਹਾਨੂੰ ਨਜ਼ਰ ਆਏਗਾ ਵੀ ਕੀ ਹੋ ਰਿਹਾ ਵਾ ਤੇ ਕੀ ਬੋਲਾਂ ਜਿਹੜੀਆਂ ਸਰਕਾਰਾਂ ਦੀਆਂ ਖੁੱਲਦੀਆਂ ਪਈਆਂ ਨੇ। ਤਸਵੀਰਾਂ ਸਹੀ ਤਰੀਕੇ ਤੁਹਾਨੂੰ ਵਿੱਚੋਂ ਦੀ ਦਿਖਾਵਾਂਗੇ। ਪਹਿਲੇ ਦੇਖ ਸਕਦੇ ਜੀ ਕਿ ਕਾਫੀ ਵੱਡਾ ਖੋਲ ਜਿਹੜਾ ਇੱਥੇ ਹੋਇਆ ਪਿਆ ਵਾ। ਪਹਿਲੇ ਵੀ ਕਿਹਾ ਜਾ ਰਿਹਾ ਸੀ ਕਿ ਸੀਵਰੇਜ ਦੀ ਵਜ੍ਹਾ ਕਰਕੇ ਇੱਥੇ ਜਿਹੜੀ ਸੜਕ ਸੀ ਉਹ ਧਸ ਗਈ ਸੀ, ਸੜਕ ਸੀਵਰੇਜ ਦਾ ਕਿਹਾ ਜਾ ਰਿਹਾ ਸੀ ਕਿ ਸੀਵਰੇਜ ਹੈਗਾ ਸੀ, ਪਰ ਉਹ ਸੀਵਰੇਜ ਨੂੰ ਸਹੀ ਤਰੀਕੇ ਇਹਨਾਂ ਨੇ ਬਿਲਕੁਲ ਸਹੀ ਕਰ ਲਿੱਤਾ ਸੀ ਕਿ ਕਿਹਾ ਗਿਆ ਸੀ ਕਿ ਹੁਣ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਲੋਕਾਂ ਨੂੰ। ਤੇ ਪਰ ਫਿਰ ਵੀ ਸੀਵਰੇਜ ਦੀਆਂ ਕਾਹਦੀਆਂ ਪੈਪਾਂ ਪਈਆਂ ਵਾ ਤੇ ਕੀ ਇਹਦੇ ਉੱਤੇ ਮਟੀਰੀਅਲ ਵਰਤਿਆ ਗਿਆ ਵਾ, ਇਹ ਸਵਾਲ ਜਿਹੜਾ ਵਾ ਉਹ ਹਮੇਸ਼ਾ ਬਣਿਆ ਹੋਇਆ। ਕੀ ਕਹਿਣਾ ਚਾਹੋਗੇ ਭਾਜੀ, ਵੱਡੀ ਇੱਕ ਪਰੇਸ਼ਾਨੀ ਦਾ ਸਾਹਮਣਾ ਆ ਰਿਹਾ ਵਾ, ਲੋਕਾਂ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਆ ਰਿਹਾ। ਕੀ ਕਹਿਣਾ ਚਾਹੋਗੇ, ਆ ਸੜਕ ਧਸ ਗਈ ਜ਼ਮੀਨ 'ਚ, ਇਹ ਤੇ ਸਰਕਾਰ ਕਰ ਸਕਦੀ ਆ ਜੋ ਕਰਨਾ। ਸਰਕਾਰ ਨੇ ਪਹਿਲਾਂ ਵੀ ਕੀਤਾ ਸੀ ਤੇ ਲੱਗਦਾ ਵਾ ਕਿ ਇਹ ਉੱਤੋਂ ਮੈਂ ਗੋਂਗਲਗਵਾਂ ਤਾਂ ਮਿੱਟੀ ਝਾੜਦੇ ਯਾਰ, ਕੰਮ ਨਹੀਂ ਕੋਈ ਕਰਦਾ, ਕੋਈ ਵੀ ਸਰਕਾਰ ਆ ਜੇ, ਬਾਦਲ ਆ ਜੇ, ਕਾਂਗਰਸ ਆ ਜੇ, ਇਹਨਾਂ ਨੇ ਇਹੋ ਕੰਮ ਰੱਖਣਾ ਆ ਜੀ, ਕੋਈ ਸਰਕਾਰ ਆ ਜੇ, ਇਹਨਾਂ ਨੇ ਇਹੋ ਕੰਮ ਰੱਖਣਾ ਵੀ ਕਿੰਨੀ ਤੰਗੀ ਆਉਂਦੀ ਆ ਦੁਨੀਆਂ ਨੂੰ, ਦੁਨੀਆਂ ਨੂੰ ਵੱਡੀ
ਤੰਗੀ ਵਾਕਿਆ ਦੁਨੀਆਂ ਨੂੰ ਵੱਡੀ ਤੰਗੀ ਆ ਰਹੀ ਹੈ ਕਿਉਂਕਿ ਲਗਾਤਾਰ ਪਹਿਲਾਂ ਵੀ ਲੋਕਾਂ ਨੇ ਸਰਕਾਰਾਂ ਦੇ ਨਾਲ ਕੰਪਰੋਮਾਈਜ਼ ਕੀਤਾ ਸੀ। ਲਗਾਤਾਰ ਇਹ ਸਰਕਾਰ ਸੜਕ ਦੇ ਉੱਤੋਂ ਸਰਕਾਰਾਂ ਵੱਲੋਂ ਕਿਹਾ ਗਿਆ ਸੀ ਕਿ ਇਸ ਸੜਕ ਤੋਂ ਕੋਈ ਵੀ ਨਹੀਂ ਲੰਘੇਗਾ ਅਤੇ ਲੋਕਾਂ ਨੇ ਲੰਘਣਾ ਬੰਦ ਕਰ ਦਿੱਤਾ ਹੈ। ਕੀ ਕਹਿਣਾ ਚਾਹੋਗੇ ਭਾਅ ਜੀ ਕਿਸ ਬਾਰੇ? ਆਹ ਸੜਕ ਟੁੱਟ ਗਈ ਆ, ਪਹਿਲਾਂ ਵੀ ਟੁੱਟੀ ਸੀ, ਪਹਿਲੇ ਵੀ ਟੁੱਟੀ ਸੀ ਅਤੇ ਹੁਣ ਫਿਰ ਟੁੱਟ ਗਈ ਹੈ, ਕਿਹਦੀ ਨਲਾਕੀ ਮੰਨੋਗੇ? ਬਸ ਇਹ ਮਿਲੀ ਭਗਤ ਹੀ ਹੁੰਦੀ ਹੈ ਜੀ, ਇਹ ਜਿਹੜੇ ਅੰਦਰ ਠੇਕੇਦਾਰ ਅਤੇ ਜਿਹੜੇ ਅੰਦਰ ਸਾਡੇ ਹਿਸਾਬ ਨਾਲ ਤੈਅ ਹੋਈ ਹੈ, ਉਹ ਅੱਗੇ ਲੇਮੈਨ ਅੱਗੇ ਆਪਾਂ ਆਪਣੀਆਂ ਜੇਬਾਂ ਭਰਨੀਆਂ ਵਾ, ਲੋਕਾਂ ਦੀ ਸੁਰੱਖਿਆ ਨਹੀਂ ਵੇਖਣੀ, ਉਹ ਨਹੀਂ ਵੇਖਣੀ। ਸੋ ਲੋਕਾਂ ਦੀ ਸੁਰੱਖਿਆ ਜਿਹੜੀ ਆ ਉਹ ਨਹੀਂ ਦੇਖੀ ਜਾ ਰਹੀ, ਸਿਰਫ ਆਪਣੀਆਂ ਜੇਬਾਂ ਵੇਖੀਆਂ ਜਾ ਰਹੀਆਂ ਵਾ, ਜੇਬਾਂ ਕਿਸ ਤਰ੍ਹਾਂ ਭਰਨੀਆਂ ਵਾ। ਆਉਂਦੇ ਜਾਂਦੇ ਜਿਹੜੇ ਲੋਕ ਨੇ ਭਾਅ ਜੀ, ਕੀ ਨਾਮ ਤੁਹਾਡਾ? ਗੌਰਵ। ਕੀ ਕਹਿਣਾ ਚਾਹੋਗੇ ਸੜਕ ਜਿਹੜੀ ਜ਼ਮੀਨ ਤੇ ਦੱਸ ਗਈ, ਕੀ ਕਹਿਣਾ ਚਾਹੋਗੇ? ਇਹ ਦੇਖੋ ਮੈਨੇ ਵੀ ਟੁੱਟੀ ਏ, ਕਾਰਪੋਰੇਸ਼ਨ ਨੇ ਜੋ ਕੀਤਾ ਠੀਕ ਨਹੀਂ ਕਰਦੇ ਪਏ, ਪਹਿਲੇ ਵੀ ਟੁੱਟੀ ਹੈ ਤੇ ਪੈਸੇ ਆਪ ਖਾ ਜਾਂਦੇ ਨੇ, ਪੂਰੀ ਕਰਦੇ ਐ ਨਹੀਂ ਕਿਤੇ ਕਿਸੇ ਟਾਈਮ ਕੋਈ ਹਾਦਸਾ ਹੋ ਸਕਦਾ ਵਾ। ਇਹਨਾਂ ਨੂੰ ਚਾਹੀਦਾ ਕਿ ਨਲਾਕੀ ਕਿਹਦੀ ਮੰਨਦੇ ਜੇ, ਕਿਹਦੀ ਨਲਾਕੀ ਸਭ ਤੋਂ ਜ਼ਿਆਦਾ ਮੰਨਦੇ? ਨਲਾਕੀ ਕਾਰਪੋਰੇਸ਼ਨ ਦੀ ਨਲਾਕੀ ਹੈ। ਸੋ ਨਲਾਕੀ ਜਿਹੜੀ ਆ ਕਾਰਪੋਰੇਸ਼ਨ ਦੀ ਮੰਨੀ ਜਾਏਗੀ, ਸਰਕਾਰਾਂ ਦੀ ਮੰਨੀ ਜਾਏਗੀ, ਹਰ ਕੋਈ ਉਹ ਇਨਸਾਨ ਜਿਹੜਾ ਇਸ ਸੜਕ ਨੂੰ ਬਣਾਉਣ ਦੇ ਵਿੱਚ ਜਿਹਨੇ ਹੱਥ ਵਟਾਇਆ ਸੀ, ਜਿਹਨੇ ਕਿਹਾ ਸੀ ਕਿ ਅਸੀਂ ਇਹ ਸੜਕਾਂ ਇਸ ਤਰੀਕੇ ਦੇ ਨਾਲ ਕਰ ਦਾਂਗੇ ਜਿਹਦੇ ਨਾਲ ਲੋਕਾਂ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ। ਮੁਸ਼ਕਲ ਦਾ ਸਾਹਮਣਾ ਤੁਸੀਂ ਦੇਖ ਸਕਦੇ ਕਿ ਲਗਾਤਾਰ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਪਹਿਲਾਂ ਵੀ ਲੋਕਾਂ ਨੇ ਸਰਕਾਰਾਂ ਦੇ ਨਾਲ ਕੰਪਰੋਮਾਈਜ਼ ਕੀਤਾ ਸੀ ਅਤੇ ਇਸ ਸੜਕ ਤੋਂ ਲੋਕਾਂ ਨੇ ਆਉਣਾ ਜਾਣਾ ਬੰਦ ਕਰਤਾ ਸੀ, ਇੱਕ ਹੀ ਸੜਕ ਦੇ ਉੱਤੋਂ ਲੋਕ ਆਪਣਾ ਟਾਈਮ ਪਾਸ ਕਰਦੇ ਪਏ ਸੀ। ਜਿੱਦਾਂ ਹੀ ਸੜਕ ਬਣੀ ਟ੍ਰੈਫਿਕ ਜਿਹੜੀ ਇੱਥੇ ਫਿਰ ਸ਼ੁਰੂ ਹੋ ਗਈ, ਪਰ ਸਿਰਫ ਇੱਕ ਘੰਟੇ ਦੀ ਬਰਸਾਤ ਨੇ ਇਹ ਸੜਕ ਨੂੰ ਫਿਰ ਜ਼ਮੀਨ ਦੇ ਵਿੱਚ ਧਸਾ ਦਿੱਤਾ। ਹੁਣ ਕਸੂਰ ਕਿਹਦਾ ਵਾ ਇਹ ਦੇਖਣਾ ਹੋਏਗਾ। ਕੈਮਰਾਮੈਨ ਦੀਪਕ ਦੇ ਨਾਲ ਸੁਖਜੈਨ ਸਿੰਘ, ਅੰਮ੍ਰਿਤਸਰ।